अज तो 15-20 साल पहले एक कलाकार होया सी अमृतसर वाली साइड का, हुण भी उहदी बहुत बहुत जाने के उहदे वधिया गाने ने यार, वधिया बंदा, मैनूं वधिया लगदा बंदा हुण। ते उह जदों उहदा बजट दी तरक्की होई होई ना, एक अपने इत्थे कलाकार जिहड़े आपां कहिंदे हुंदे ना वी जिहड़े एसटैबलिश्ड हुंदे ने, जिहड़े पुराने कलाकार हुंदे ने, उहनां ने साले ने क्या कीता, उहदे घर दा ना नंबर देता। ਜਦੋਂ ਉਹਦੀ ਪੂਰੀ ਚੜ੍ਹਾਈ ਹੋ ਗਈ ਉਹਨੂੰ ਪਤਾ ਲੱਗ ਗਿਆ, ਉਹਨੇ ਤਾਂ ਕੁਛ ਨਹੀਂ ਕਿਹਾ ਕਿਸੇ ਨੇ ਵਿਚਾਰੇ ਨੂੰ, ਪਰ ਜਿਹੜੇ ਆ 2-3 ਲੀਡ ਫਕੀਰ ਸੀਗੇ ਉੱਥੇ, ਲੀਡ ਫਕੀਰ ਤਾਂ ਇੱਕੋ ਹੀ ਹੈ, ਉਹੀ ਸੀਗਾ। ਅਤੇ ਕੀ ਕੀਤਾ ਨਾ, ਉਹਦੇ ਘਰ ਦਾ ਨੰਬਰ ਦਿੱਤਾ। ਸ਼ੁਰੂ ਤੋਂ ਇਹ ਕੰਮ ਕਰਦੇ ਨੇ, ਘਰ ਦਾ ਨੰਬਰ ਕਿਵੇਂ, ਯਾਨੀ ਕਿ ਵੀ ਜਿਹੜਾ ਆਪਣੇ ਘਰਦਿਆਂ ਕੋਲ ਹੁੰਦਾ, ਉਦੋਂ ਉਹਨਾਂ ਟਾਈਮਾਂ 'ਚ ਲੈਂਡ ਲਾਈਨ ਹੋਣਗੇ, ਅਤੇ ਨੰਬਰ ਦਿੱਤਾ, ਕਹਿੰਦਾ ਐਂ ਕਰੋ ਜਿੰਨੇ ਵੀ ਆਪਣੇ ਫੈਨ ਨੇ ਗਰੁੱਪਾਂ 'ਚ ਪਾਤਾ, ਜਿੰਨੇ ਆਪਣੇ ਫੈਨ, ਇਹਨੂੰ ਸਾਲੇ ਨੂੰ ਵਾਲਾਂ ਕੱਢੋ, ਇਹਨੂੰ ਸਾਲੇ ਨੂੰ ਪਤਾ ਲੱਗੇ ਵੀ ਇਹ ਬੋਲਦਾ ਕਿਵੇਂ, ਤਰੱਕੀ ਕਿਵੇਂ ਕਰ ਗਿਆ, ਇਹ ਫਲਾਨਾ ਕਰਕੇ। ਉਹ ਵਿਚਾਰੇ ਸ਼ਰੀਫ ਬੰਦੇ ਸੀ ਯਾਰ, ਚਲੋ ਛੱਡ ਗਏ ਯਾਰ ਉਸ ਚੀਜ਼ ਨੂੰ, ਹਨਾ ਕੋਈ ਗੱਲ ਨਹੀਂ, ਕੀ ਦਿੱਕਤ ਹੈ। ਫਿਰ ਇਹਨਾਂ ਨੇ ਕਿਆ ਕਰਿਆ, ਫਿਰ ਇੱਕ ਦੋ ਬੰਦੇ ਨਾਲ ਹੋਰ ਇਹਨਾਂ ਨਾਲ ਇਹ ਕੀਤਾ, ਫਿਰ ਗਾਣਾ ਕੱਢ ਦੇਣਾ ਵੀ ਫਲਾਨਾ ਸਾਡੇ ਤਾਂ ਐਂ, ਇਸ ਤਾਂ ਐਂ, ਧਮਕਾਂ ਜੇ ਆ। ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮੇਰਾ ਭਰਾ, ਹੁਣ ਤੱਕ ਤੁਸੀਂ ਜਿੰਨੇ ਨਾਲ ਜੋ ਕੀਤਾ, ਫੋਨ ਫਾਨ ਮੈਸੇਜ ਮੁਸੇਜ, ਇਹੀ ਕੱਲ ਇਹੀ ਕੁਛ ਇਹ ਕੱਲ ਪਰਸੋਂ ਦਾ ਇਹ ਇੱਧਰ ਸਾਡੇ ਵੱਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਇਨਕੁਆਇਰੀ ਨੰਬਰ 'ਤੇ ਫੋਨ ਕਰਤਾ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਈਮੇਲਾਂ ਕਰਤੀਆਂ, ਅਸੀਂ ਇਹ ਕਰ ਦਿਆਂਗੇ, ਫਲਾਨਾ ਧਮਕਾ ਕਰਦਾ। ਮੇਰੀ ਗੱਲ ਸੁਣੋ ਏ, ਠੀਕ ਹੈ ਨਾ, ਪਹਿਲੀ ਗੱਲ ਮੇਰਾ ਸੁਭਾਅ ਹੈ, ਮੈਂ ਜ਼ਿੰਦਗੀ ਦੇ ਵਿੱਚ ਨਾ ਕਦੇ ਕਿਸੇ ਨੂੰ ਮਾੜਾ ਚੰਗਾ ਅੱਜ ਤੱਕ ਬੋਲਿਆ, ਨਾ ਮੈਂ ਬੋਲਾਂ, ਅਤੇ ਮੈਂ ਜਿੱਦਣ ਬੋਲਦਾ ਮੈਂ ਠਿੱਕ ਠੋਕ ਕੇ ਕਹਿੰਦਾ ਵੀ ਤੈਨੂੰ ਕਿਹਾ, ਠੀਕ ਹੈ ਨਾ ਵੀ ਆਹ ਜਿਹੜੀਆਂ ਲੀਰਾਂ ਵਾਲੀਆਂ ਗੱਲਾਂ ਕਰਦੀਆਂ ਨਾ, ਵਿੱਚਾਂ ਲੀਰਾਂ ਨੂੰ ਕਹਿਣਾ, ਵਿੱਚ ਤੁਹਾਡੇ ਉਸਤਾਦ ਨੂੰ ਕਹਿਣਾ, ਠੀਕ ਹੈ ਨਾ, ਵੀ ਉਹਦਾ ਬੰਦੇ ਵਾਂਗੂ ਉਹਦਾ ਪੁੰਜ ਲੈ ਕੇ ਉਹਦਾ ਕੰਮ ਕਰੀ ਚੱਲੋ, ਠੀਕ ਹੈ ਨਾ। ਨਾ ਮੈਂ ਲੈਣ ਦੇਣ 'ਚ ਕਿਹਾ, ਨਾ ਤੁਹਾਡੇ 'ਚ ਹੈਗਾ ਨਾ ਹੈਗਾ, ਪਰ ਜੇ ਮੈਨੂੰ ਵਿੱਚ ਕਦੀ ਸੁਣੇ ਨਾ, ਮੈਂ ਇਹੋ ਜਿਹਾ ਘੋਟਾ ਚੜਾਉਂਗਾ ਸਾਰੀ ਜ਼ਿੰਦਗੀ ਯਾਦ ਰੱਖੂੰ।